ਹੁਣ ਐ ਵੀ ਰੇਹ ਛੱਡਣ ਅਸੀਂ ਆਉਣੇ ਆ, ਗਿਆਰਾਂ ਕੁ ਵਜੇ ਨਹੀਂ ਆ ਜਾਣਾ, ਅਜੇ ਕੋਈ ਨਾ ਨਹੀਂ ਆਉਗੇ, ਇਹ ਰੇਹ ਛੱਡਣ ਆ ਗਏ ਜੀ। ਮੈਂ ਘਰ ਨੂੰ ਚਾਹ ਲੈਣਾ ਉੱਠ ਗਿਆ, ਇਹਨੇ ਰੇਹ ਲਵਾਈ ਗਈ ਲਵਾਈ ਗਈ, ਜਦੋਂ ਮੈਂ ਆ ਕੇ ਦੇਖਿਆ ਰੇਹ, ਮੈਂ ਕੁਲਰ ਦੇ ਵਿੱਚ ਇਹਦੇ ਦਾਤੀ ਮਾਰੀ, ਪੂਰੀ ਦਾਤੀ ਮਾਰ ਕੇ ਰੇਹ ਖੋਲ ਕੇ ਦੇਖਿਆ, ਮੈਨੂੰ ਰੇਹ ਵਧੀਆ ਨਹੀਂ ਲੱਗਿਆ। ਉੱਥੇ ਮੇਰੇ ਵੱਡਾ ਭਰਾ ਨੂੰ ਭੇਜਿਆ, ਮੈਂ ਫਿਰ ਰਾਮ ਸਾਗ ਨੂੰ ਉਹ ਰੇਹ ਦੇਖ ਲੈ ਗਿਆ, ਉਹ ਰੇਹ ਚੱਕ ਲਿਆ ਕੇ ਰੇਹ ਖੋਲ ਕੇ ਦੇਖਿਆ, ਉਹ ਭੁਲਿਆ ਨਹੀਂ ਇਹਦੇ ਕੋਲ ਪਿਆ ਹੋਇਆ। ਇਹਦੇ ਨਾਲ ਨਾਲ ਦੁਬਾਰਾ ਨਾਲ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕਿਸਾਨਾਂ ਨੂੰ ਵਧੀਆ DAP ਖਾਦ ਅਤੇ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਨੇ ਅਤੇ ਨਕਲੀ ਖਾਦਾਂ ਅਤੇ ਪੈਸਟੀਸਾਈਡ ਦਵਾਈਆਂ ਵੇਚਣ ਵਾਲਿਆਂ ਖਿਲਾਫ਼ ਵੀ ਸ਼ਿਕੰਜਾ ਕੱਸਣ ਲਈ ਕਿਹਾ ਗਿਆ ਹੈ। ਪਰ ਇਸ ਦੇ ਉਲਟ ਪੰਜਾਬ ਵਿੱਚ 2 ਨੰਬਰ ਦੀਆਂ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਵੇਚਣ ਵਾਲੇ ਗਿਰੋਹ ਵੀ ਸਰਗਰਮ ਨਜ਼ਰ ਆ ਰਹੇ ਨੇ, ਜਿਸ ਦੀ ਮਿਸਾਲ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਦੋਧਰ ਵਿੱਚ ਵੀ ਦੇਖਣ ਨੂੰ ਮਿਲੀ ਹੈ। ਕਿਸਾਨਾਂ ਦੀ ਸ਼ਿਕਾਇਤ 'ਤੇ ਮੌਕੇ 'ਤੇ ਪਹੁੰਚੇ ਖੇਤੀਬਾੜੀ ਵਿਭਾਗ ਦੇ ਮੁੱਖ ਅਫਸਰ ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਵੱਡੀ ਕਾਰਵਾਈ ਕਰਦਿਆਂ 2 ਕੈਂਟਰ ਨਕਲੀ DAP ਖਾਦ ਦੇ ਬਰਾਮਦ ਕੀਤੇ ਅਤੇ ਇਹਨਾਂ ਖਾਦਾਂ ਦੇ ਸੈਂਪਲ ਲੈਬੋਰੇਟਰੀ ਵਿੱਚ ਵੀ ਭੇਜ ਦਿੱਤੇ ਗਏ ਨੇ। ਇਸ ਦੇ ਇਲਾਵਾ ਨਕਲੀ ਖਾਦ ਮੁਹੱਈਆ ਕਰਵਾਉਣ ਵਾਲੇ ਏਜੰਟ ਅਤੇ ਹੋਰ ਵਿਅਕਤੀਆਂ ਨੂੰ ਵੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਸਭ ਕੋ ਗੱਲਬਾਤ ਆ, ਮਾਲਕ ਬਾਈ ਇਹ ਆ, ਠੀਕ ਆ, ਹੋਰ ਕੋਈ ਗੱਲ ਨੀ। ਉਹਦੇ ਮੁੰਡੇ ਦੇ ਖਾਤੇ ਪੈਸੇ ਪਏ ਆ, ਉਹ ਕਹਿੰਦਾ ਮੈਂ ਉਹਦਾ ਸਾਡੇ ਜ਼ਿੰਮੇਦਾਰੀ ਆ, ਮੈਂ ਰੇਹ ਮੰਗਾ ਦਿੰਦਾ ਇਹਨੂੰ, ਫੋਨ ਲਾਇਆ ਬਾਈ ਨੂੰ, ਇਹ ਕਹਿੰਦਾ ਕੋਈ ਨਾ ਸਾਡੇ ਕੋਈ ਰੇਹ ਭੇਜ ਦੇ ਗੱਡੀਆਂ ਲੈ ਕੇ ਆਵਾਂਗੇ, ਅਸੀਂ ਛੱਡ ਕੇ ਜਾਵਾਂਗੇ, ਠੀਕ ਆ। ਮੈਂ ਸੌ ਵਾਰੀ ਹੋਰ ਚਾਹੀਦੀ ਪੂਰੀ, ਠੀਕ, ਇਹ ਉੱਥੇ ਪੈਂਦੀ ਆ, ਮੌਕੇ ਕੋਲ ਪੈਂਦੀ ਆ, ਤੁਹਾਨੂੰ ਅਡਰੈਸ ਦੱਸ ਦਿੰਦੇ, ਅਡਰੈਸ ਭੇਜ ਦੇਣਾ। ਨਕਲੀ ਰੇ ਬਣਦਾ ਕਿੱਥੇ ਆ, ਤੁਸੀਂ ਕਿੱਥੋਂ ਚੱਕਦੇ ਆ? ਇਸ ਨਾਮ ਤੋਂ ਬਾਈ ਨੇ ਐਡਰੈਸ ਦਾ ਫੋਨ ਲਿਆ ਇਹਨੂੰ, ਭੇਜ ਤੋਂ ਆ, ਇਹ ਕਹਿੰਦੇ ਸੰਗਰੂਰ ਤੋਂ ਬਣਦਾ ਵਾ, ਇਹ ਆਪਾਂ ਇਹਨੂੰ ਪੁੱਛਿਆ ਜਿਹੜੀ ਗੱਲ, ਇਹ ਕਹਿੰਦਾ ਸੰਗਰੂਰ ਤਾਂ ਜੋ ਫੋਨ ਲਾਇਆ ਸੀਗਾ ਵੀ ਸਾਨੂੰ ਜੜ ਦਾ ਸੰਗਰੂਰ ਵਾਲੇ ਫੋਨ ਲਾਇਆ ਹੁਣ ਆਪਣੇ ਸਾਹਮਣੇ, ਸੰਗਰੂਰੋਂ ਹੀ ਆਪਾਂ ਇਹਨੂੰ ਕਹਿੰਦੇ 100 ਵਾਰੀ ਹੋਰ ਮੰਗਾ, ਆਪਾਂ ਇਹਦੀ ਜੜ ਤੱਕ ਜਾਈਏ ਕਿੱਥੇ ਬਣਾਉਣਾ, ਇਹਦੀ ਗੱਲ ਬਣਾਉ, ਫੇਰ ਹੋਰ ਤਾਂ ਵਜਨ ਨਾ ਕੀ ਲੱਗਣਾ, ਇਹ ਕਹਿੰਦਾ ਖੁੱਲਾ ਹੁੰਦਾ ਸਾਡੇ ਕੋਲ, ਉੱਥੇ ਭਰਦੇ ਹੁੰਦੇ ਸੀ, ਉਹੀ ਆ ਭਰਦੇ, ਕਿੱਥੇ ਭਰਦੇ ਸੀ ਰੇ, ਉਹੀ ਭਰ ਪਾ ਕੇ ਤੁਸੀਂ ਤਾਂ ਮਤਲਬ ਗਾਹ ਸਪਲਾਈ ਕਰਦੇ ਆ, ਜਿਹੜੇ ਪਲਾਂਟ ਲਾਇਆ ਵਾ ਡੁਪਲੀਕੇਟ ਬਣਾ ਕੇ ਇਹੀ ਵੇਚਦਾ। ਹਾਂਜੀ, ਸਾਨੂੰ ਥਾਣਾ ਪੱਤਰੀ ਕਲਾਂ ਦੀ ਪੁਲਿਸ ਨੂੰ ਪਿੰਡ ਦੁੱਧ ਤੋਂ ਤਲਾਹ ਮਿਲੀ ਸੀ ਕਿ ਉੱਥੇ ਕੁਛ ਬੰਦੇ ਜਸਵਿੰਦਰ ਸਿੰਘ, ਵਿਸ਼ਾਲ ਕੁਮਾਰ, ਇਹਨਾਂ ਨੇ 110 ਗੱਟੇ DAP ਖਾਦ ਦੇ ਜਿਹੜੇ ਆ ਕੁਲਵੰਤ ਸਿੰਘ ਕਿਸਾਨ ਨੂੰ ਦੇਣ ਵਾਸਤੇ ਲਿਆਉਂਦੇ ਸੀ 2 ਗੱਡੀਆਂ 'ਚ ਲੋਡ ਕਰਕੇ। ਜਦੋਂ ਕਿਸਾਨ ਨੇ ਖੋਲ੍ਹ ਕੇ ਚੈੱਕ ਕੀਤੇ ਅਤੇ ਇਹ ਜਿਹੜੀ ਰੇਹ ਸੀਗੀ ਉਹ ਡੁਪਲੀਕੇਟ ਪਾਈ ਗਈ। ਮੌਕੇ 'ਤੇ ਖੇਤੀਬਾੜੀ ਦੇ ਅਫਸਰ ਨੂੰ ਬੁਲਾ ਲਿਆ ਉਹਨਾਂ ਨੇ ਵੀ ਚੈੱਕ ਕੀਤਾ, ਸੈਂਪਲ ਭਰੇ ਅਤੇ ਇਹ ਜਿਹੜੀ ਹੈਗੀ ਆ ਰੇਹ ਉਹ ਡੁਪਲੀਕੇਟ ਪਾਈ ਗਈ।
ਇਸ ਸੰਬੰਧੀ ਬਲਾਕ ਅਫਸਰ ਖੇਤੀਬਾੜੀ ਵਿਭਾਗ ਦੇ ਵੱਲੋਂ ਸਾਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ, ਜਿਹਦੇ ਆਧਾਰ 'ਤੇ ਮੁਕੱਦਮਾ ਨੰਬਰ 109/24 ਦਰਜ ਕੀਤਾ ਗਿਆ। ਚਾਰ ਦੋਸ਼ੀ ਜਿਹੜੇ ਇਹਦੇ ਵਿੱਚ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਹੈ ਅਤੇ ਉਹਨਾਂ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ। ਅਸੀਂ ਅੱਗੇ ਤਫਤੀਸ਼ ਜਾਰੀ ਹੈ ਵੀ ਕਿਸ ਫੈਕਟਰੀ 'ਚੋਂ ਮੰਗਵਾਉਂਦੇ ਸੀ, ਕਿੱਥੋਂ ਦੀ ਉਹ ਫੈਕਟਰੀ ਹੈ, ਸਾਰੀ ਤਫਤੀਸ਼ ਅੱਗੇ ਫਰਦਰ ਜਾਰੀ ਰੱਖਾਂਗੇ। ਅੱਜ ਪਿੰਡ ਦੌਲਤ ਦੇ ਵਿੱਚ ਕੁਝ ਕਿਸਾਨਾਂ ਵੱਲੋਂ DAP ਸੰਬੰਧੀ ਜਿਹੜੀ ਸ਼ਿਕਾਇਤ ਹੋਈ ਸੀ, ਔਰ 2 ਟੈਂਪੂ ਜਿਹੜੇ ਹੈ ਉਹ DAP ਦੇ ਫਿਰੋਜ਼ਪੁਰ ਤੋਂ ਮੰਗਵਾਏ ਗਏ ਔਰ ਇਹ DAP ਦੇਖਣ ਨੂੰ ਜਾਲੀ ਲੱਗੀ ਔਰ ਇਹਦੇ 'ਚ DAP ਜੋ ਓਰਿਜਨਲ DAP ਹੈ ਉਹਦੇ ਮੁਕਾਬਲੇ ਇਹਦੀ ਦਿੱਖ, ਇਹਦੇ 'ਚ ਪਾਣੀ ਦੀ ਜਿਹੜੀ ਘੋਲ ਕੇ ਦੇਖਣ ਵਾਲੀ ਜੋ ਵਿਜੀਬਲ ਸਿੰਪਟਮ ਸੀਗੇ ਉਹ DAP ਵਾਲੇ ਨਹੀਂ ਸਨ। ਸੋ ਇਹ ਜਾਲੀ DAP ਜਿਹੜੀ 2 ਟੈਂਪੂਆਂ ਦੇ ਉੱਤੇ 110 ਗੱਟੇ ਲੱਦ ਕੇ ਆਏ ਸੀ ਔਰ ਇਹਦੇ 'ਤੇ ਤੁਰੰਤ ਕਾਰਵਾਈ ਕਰਕੇ, ਕਿਉਂਕਿ ਕਿਸਾਨਾਂ ਨੂੰ ਇਸ ਗੱਲ ਬਾਰੇ ਅਸੀਂ ਬਹੁਤ ਚੰਗੀ ਤਰ੍ਹਾਂ ਦੱਸਿਆ ਗਿਆ ਕਿ ਕੋਈ ਵੀ ਜਿਹੜੀ ਖੇਤੀ ਸਮੱਗਰੀ ਆ ਉਹ ਬਿਨਾਂ ਬਿੱਲ ਤੋਂ ਨਹੀਂ ਲੈਣੀ। ਇਹ ਬਿਨਾਂ ਬਿੱਲ ਤੋਂ ਸਪਲਾਈ ਕੀਤੀ ਗਈ ਜਿਹੜੀ DAP ਖਾਦ ਸੀ, ਔਰ ਜਦੋਂ ਚੈੱਕ ਕਰਨ ਤੋਂ ਇਹ ਪਤਾ ਲੱਗਾ ਵੀ ਇਹ ਜਿਹੜੇ ਇਹਦੇ 'ਚ ਕੁਝ ਏਜੰਟ ਜਾਲੀ ਧੰਦੇ ਦੇ ਵਿੱਚ ਅਨਟੈਂਗਲ ਹੈ ਔਰ ਜਾਲੀ DAP ਖਾਦ ਦੀ ਸਪਲਾਈ ਕਿਸਾਨਾਂ ਨੂੰ ਕਰ ਰਹੇ ਆ। ਉਹ ਮੌਕੇ 'ਤੇ ਅਸੀਂ ਫੜੇ ਔਰ ਪੁਲਿਸ ਨੂੰ ਬੁਲਾ ਕੇ ਸਾਰੀ ਕਾਰਵਾਈ ਜਿਹੜੀ ਹੈ ਉਹ ਕਿਸਾਨਾਂ ਦੀ ਹਾਜ਼ਰੀ ਦੇ ਵਿੱਚ 2 ਸੈਂਪਲ ਜਿਹੜੇ ਆ DAP ਦੇ ਭਰੇ ਗਏ ਆ, ਜਿਨ੍ਹਾਂ ਨੂੰ ਟੌਪ ਪ੍ਰਾਇਰਟੀ 'ਤੇ ਟੈਸਟ ਕਰਨ ਵਾਸਤੇ ਭੇਜ ਦਿੱਤਾ ਗਿਆ ਔਰ ਕਿਸਾਨ ਜਥੇਬੰਦੀਆਂ ਵੀ ਮੌਕੇ 'ਤੇ ਹਾਜ਼ਰ ਸਨ, ਜਿਨ੍ਹਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਇਹ DAP ਜਿਹੜੀ ਬਾਹਰੋਂ ਆ ਰਹੀ ਹੈ ਇਹ ਬਿਨਾਂ ਬਿੱਲ ਤੋਂ ਆ ਰਹੀ ਆ ਔਰ ਇਹਦੇ 'ਚ ਕੋਈ ਨੁਕਸ ਹੋ ਸਕਦਾ। ਔਰ ਕਿਸਾਨ ਕੁਲਵੰਤ ਸਿੰਘ ਪਿੰਡ ਦੌਦਰ ਜਿਨ੍ਹਾਂ ਨੇ ਇਹ DAP ਮੰਗਵਾਈ ਸੀ ਉਹਨਾਂ ਨੂੰ ਵੀ ਉਹਨਾਂ ਨੇ ਚੈੱਕ ਕਰਕੇ ਦੇਖਿਆ, ਉਹਨਾਂ ਨੂੰ ਵੀ ਇਹ ਸ਼ੱਕੀ ਲੱਗੀ। ਸੋ ਹੁਣ ਇਸ ਗੱਲ ਦੀ ਥਾਣਾ ਬਦਨੀ ਕਲਾਂ ਦੇ ਵਿੱਚ ਅਸੀਂ ਰਿਪੋਰਟ ਦਰਜ ਕਰਵਾਤੀ ਹੈ ਕਿ ਇਹ DAP ਕਿੱਥੇ ਪੈਕ ਹੋਈ, ਕਿੱਥੇ ਬਣੀ ਔਰ ਇਹਦੇ ਮਗਰ ਕਿਹੜਾ ਗਰੋਹ ਹੈ ਉਹਦਾ ਪਰਦਾ ਫਾਸ਼ ਕਰਕੇ ਕਿਸਾਨਾਂ ਦੇ ਵਿੱਚ ਦੱਸਿਆ ਜਾਵੇ। ਮੈਂ ਇਸ ਗੱਲ ਦਾ ਸਮੂਹ ਮੋਗਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਭਰੋਸਾ ਦਿਵਾਉਣਾ ਕਿ ਉਹ ਕੋਈ ਵੀ ਖੇਤੀ ਸਮੱਗਰੀ ਹੈ ਉਹ ਬਿਨਾਂ ਬਿੱਲ ਤੋਂ ਨਾ ਲੈਣ ਔਰ ਕਿਸੇ ਵੀ ਕਿਸਾਨ ਨੂੰ DAP ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਵੇਗੀ, ਕਿਉਂਕਿ ਸਰਕਾਰ ਇਨ ਟੱਚ ਹੈ, ਲਗਾਤਾਰ DAP ਦੇ ਰੇਟ ਆ ਰਹੇ ਹੈ। ਪਿਛਲੇ ਸਾਲ ਜਿੰਨੀ DAP ਖਾਦ ਅੱਜ ਦੀ ਡੇਟ ਤੱਕ ਆਈ ਸੀ ਉਦੋਂ ਵੱਧ ਜਿਹੜੀ DAP ਖਾਦ ਹੈ ਉਹ ਮੋਗੇ ਜ਼ਿਲ੍ਹੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਪਹੁੰਚ ਚੁੱਕੀ ਹੈ। ਸੋ ਇਸ ਗੱਲ ਦੀ ਕਿਸਾਨਾਂ ਨੂੰ ਵਰੀ ਕਰਨ ਦੀ ਲੋੜ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ 15 ਅਕਤੂਬਰ ਤੱਕ ਕਾਫੀ DAP ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆ ਜਾਵੇਗੀ ਔਰ ਕਣਕ ਦੀ ਬਿਜਾਈ ਤੱਕ ਹਰੇਕ ਕਿਸਾਨ ਕੋਲ ਜਿਹੜੀ DAP ਹੋਊਗੀ। ਹਾਂ, ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੋ ਏਜੰਟ ਪਿਛਲੇ ਦਿਨੀ ਕਣਕ ਵੇਲੇ
ਜਾਲੀ ਦਵਾਈ ਵੇਚਦੇ ਸੀ ਓਹੋ ਹੀ ਏਜੰਟ ਇਸ ਗੱਲ ਦੇ ਵਿੱਚ ਅਨਟੈਂਗਲ ਹੈ ਔਰ ਉਹਨਾਂ ਨੂੰ ਫੜ ਕੇ ਉਹਨਾਂ ਵਿਰੁੱਧ ਕਾਰਵਾਈ ਜਿਹੜੀ ਹੈ ਉਹ ਕਰਨ ਵਾਸਤੇ ਲਿਖ ਦਿੱਤਾ ਗਿਆ। ਕਿਸੇ ਵੀ ਕਿਸਾਨ ਨੂੰ ਕਿਉਂਕਿ ਮਾਣਯੋਗ ਖੇਤੀਬਾੜੀ ਮੰਤਰੀ ਸਰਦਾਰ ਪਰਮੀਤ ਸਿੰਘ ਖੁੱਡੀਆ, ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਸਰਕਾਰ ਵੱਲੋਂ ਇਹ ਪੰਜਾਬ ਸਰਕਾਰ ਇਸ ਗੱਲ 'ਤੇ ਵਚਨਬੱਧ ਹੈ, ਖੇਤੀਬਾੜੀ ਵਿਭਾਗ ਇਸ ਗੱਲ 'ਤੇ ਵਚਨਬੱਧ ਹੈ ਵੀ ਕਿਸੇ ਵੀ ਕਿਸਾਨ ਨਾਲ ਕਿਸੇ ਕਿਸਮ ਦੀ ਕੋਈ ਠੱਗੀ ਨਹੀਂ ਵਜਨ ਦਿੱਤੀ ਜਾਵੇਗੀ।